ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨਾਂ ਨੂੰ ਜਾਣ ਵਾਲੀ ਸੰਗਤ ਲਈ ਫ੍ਰੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਫ੍ਰੀ ਬੱਸ ਸੇਵਾ ਨੂੰ SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜਿਹੜਾ ਉਹ ਰਵਾਨਾ ਕੀਤਾ ਹੈ, ਸਾਡੇ ਨਾਲ ਮੌਜੂਦ ਨੇ। ਕੀ ਕਹਿਣਾ ਚਾਹੁੰਦੇ ਪ੍ਰਧਾਨ ਜੀ, ਜਿਹੜੀ ਅੱਜ ਸੇਵਾ ਸ਼ੁਰੂਆਤ ਕੀਤੀ ਗਈ ਬੱਸ ਸੇਵਾ? ਦੇਖੋ, ਅੱਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ। ਸਾਡੇ ਜਿਹੜੇ ਕਰਤਾਰਪੁਰ ਸਾਹਿਬ ਸ਼ਰਧਾਲੂ ਜਾ ਰਹੇ ਨੇ ਸਨ, ਉਹਨਾਂ ਦੀ ਬੜੇ ਲੰਮੇ ਸਮੇਂ ਤੋਂ ਇਹ ਵੀ ਮੰਗ ਸੀ, ਜਿੱਥੇ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣਗੇ, ਉੱਥੇ ਨਾਲ ਦੀ ਨਾਲ ਉਹਨਾਂ ਦੀ ਮਨ ਦੀ ਇਹ ਇੱਛਾ ਵੀ ਸੀ ਕਿ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰੀਏ। ਸਰ, ਉਹਨਾਂ ਦੀ ਇੱਛਾ ਨੂੰ ਪੂਰਤੀ ਕਰਨ ਵਾਸਤੇ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਸੁਬਾਹ ਜਿਹੜੀ ਹੈ ਬੱਸ ਭਾਈ ਗੁਰਦਾਸ ਹਾਲ ਤੋਂ ਚੱਲਿਆ ਕਰੇਗੀ ਅਤੇ ਸਿੱਧੀ ਕਰਤਾਰਪੁਰ ਕੋਰੀਡੋਰ 'ਤੇ ਪਹੁੰਚਿਆ ਕਰੇਗੀ, ਤਾਂ ਕਿ ਉਹ ਸ਼ਰਧਾਲੂਆਂ ਨੂੰ ਇਹ ਵੱਡੀ ਸਹੂਲਤ ਹੈ, ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਇਸ ਤੋਂ ਇਲਾਵਾ ਕਰਤਾਰਪੁਰ ਜਾ ਕੇ ਉੱਥੇ ਵੀ ਖੁੱਲ੍ਹੇ ਤੌਰ 'ਤੇ ਉਹ ਦਰਸ਼ਨ ਕਰ ਸਕਣ, ਸ਼ਾਮ ਨੂੰ ਇਹ ਬੱਸ ਜਿਹੜੀ ਹੈ ਵਾਪਸ ਆਇਆ ਕਰੇਗੀ। ਇਹਦੇ ਵਿੱਚ ਸਾਡੇ ਬੜੇ ਲੰਮੇ ਸਮੇਂ ਤੋਂ ਮੰਗਤੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘ ਵੀ ਰੋਜ਼ਾਨਾ ਜਾਇਆ ਕਰਨਗੇ। ਪਹਿਲਾਂ ਵੀ ਇਸ ਕੀਤੀ ਜੀ, ਲੇਕਿਨ ਕੁਝ ਇਤਰਾਜ਼ ਹੋ ਗਏ ਸੀ, ਲੇਕਿਨ ਅੱਜ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਹੁਣ ਸਾਡਾ ਰੋਜ਼ਾਨਾ ਇੱਕ ਜਥਾ ਜਿਹੜਾ ਇਸੇ ਬੱਸ ਦੇ ਵਿੱਚ ਕਰਤਾਰਪੁਰ ਸਾਹਿਬ ਉਹ ਵੀ ਜਾਇਆ ਕਰੇਗਾ, ਉੱਥੇ ਦਿਨੇ ਆਪਣੇ ਜਸ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਿਆ ਕਰੇਗਾ ਅਤੇ ਸ਼ਾਮ ਨੂੰ ਇਸ ਬੱਸ ਦੇ ਵਿੱਚ ਹੀ ਉਹ ਵਾਪਸ ਆ ਜਾ ਕਰਨਗੇ। ਪ੍ਰਧਾਨ ਜੀ, ਸੰਗਤਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਹੋ ਰਿਹਾ, 5000 ਸੰਗਤ ਦੀ ਰੋਜ਼ ਦੀ ਦਰਸ਼ਨ ਦੀਦਾਰ ਦੀ ਤਜਵੀਜ਼ ਰੱਖੀ ਗਈ ਸੀ, ਪਰ ਸੰਗਤਾਂ ਬੜੀ ਘੱਟ ਗਿਣਤੀ ਵਿੱਚ ਜਾ ਪਾ ਰਹੀਆਂ ਨੇ, ਕੀ ਕਾਰਨ? ਦੇਖੋ, ਮੈਂ ਕਾਰਨ ਦੱਸਦਾ ਕਿ ਸੰਗਤਾਂ ਇੱਕ ਤਾਂ ਬੜਾ ਜਿਵੇਂ ਪਿਛਲੇ ਦਿਨਾਂ 'ਚ DGP ਸਾਹਿਬ ਨੇ ਬਿਆਨ ਦਿੱਤਾ ਕਿ ਜਿਹੜਾ ਵੀ ਸਿੱਖ ਉੱਥੇ ਜਾਏਗਾ 6 ਘੰਟੇ 'ਚ ਅੱਤਵਾਦੀ ਬਣ ਕੇ ਆ ਸਕਦਾ। ਇਸ ਤਰ੍ਹਾਂ ਦੇ ਮਾਹੌਲ ਪੈਦਾ ਕਰਨਾ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਨਾਲ ਸਾਡੇ ਸਿੱਖਾਂ ਦੇ ਮਨ ਵਿੱਚ ਬਹੁਤ ਜਿਹੜਾ ਡਰ ਦਾ ਮਾਹੌਲ ਪੈਦਾ ਹੁੰਦਾ, ਕਿਉਂਕਿ ਇੱਕ ਸਿੱਖੀ ਸਰੂਪ ਨੂੰ ਟਾਰਗੇਟ ਕੀਤਾ ਗਿਆ, ਸਿੱਖਾਂ ਨੂੰ ਟਾਰਗੇਟ ਕੀਤਾ ਗਿਆ। ਇਹ ਮੈਂ ਸਮਝਦਾ ਬਹੁਤ ਮੰਦਭਾਗੀ ਘਟਨਾ ਸੀ ਜਿਹਦੇ ਨਾਲ ਸਾਰੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਠੇਸ ਪਹੁੰਚੀ ਸੀ। ਇਸੇ ਤਰ੍ਹਾਂ ਹੁਣ ਇਹ ਵੀ ਹੈ ਕਿ ਉੱਥੇ ਜਾ ਕੇ ਪੁੱਛ ਪ੍ਰਤੀਤ ਬਹੁਤ ਕੀਤੀ ਜਾਂਦੀ ਹੈ, ਉਹ ਵੀ ਨਹੀਂ ਹੋਣੀ ਚਾਹੀਦੀ। ਜਦੋਂ ਕਿ ਇੱਕ ਵੈਰੀਫਿਕੇਸ਼ਨ ਹੋ ਕੇ ਹਰ ਸ਼ਰਧਾਲੂ ਜਾਂਦਾ, ਉਹਦੀ ਦੁਬਾਰਾ ਜਿਹੜੀ ਹੈ ਪੁੱਛ ਪ੍ਰਤੀਤ ਨਹੀਂ ਹੋਣੀ ਚਾਹੀਦੀ, ਤਾਂ ਕਿ ਉਹਦੇ ਮਨ ਦੇ ਵਿੱਚ ਕੋਈ ਐਸੀ ਡਰ ਦਾ ਭੈ ਦਾ ਮਾਹੌਲ ਪੈਦਾ ਹੋਵੇ। ਕਿਆ ਪਾਸਪੋਰਟ ਜਿਹੜੀ ਸ਼ਰਤ ਰੱਖੀ ਗਈ ਹੈ ਔਰ ਜਿਹੜਾ $20 ਦੀ ਸ਼ਰਤ ਹੈ, ਉਸ ਕਰਕੇ ਵੀ ਸੰਗਤਾਂ ਨਹੀਂ ਜਾ ਪਾ ਰਹੀਆਂ? ਬਿਲਕੁਲ ਜੀ, ਇੱਕ ਤਾਂ ਦੇਖੋ ਸਾਡੇ ਜਿਹੜੇ ਨੌਜਵਾਨ ਵੀਰ ਨੇ ਉਹ ਇਸ ਕਰਕੇ ਨਹੀਂ ਜਾ ਰਹੇ ਕਿ ਉਹ ਪਾਸਪੋਰਟ ਦੀ ਜਿਹੜੀ ਸ਼ਰਤ ਹੈ। ਦੂਜਾ ਇਹ ਹੈ ਕਿ ਸਾਡੇ ਮਾਲਵੇ ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਉਹਨਾਂ ਕੋਲ ਪਾਸਪੋਰਟ ਨਹੀਂ ਬਣੇ ਹੋਏ ਅਤੇ ਇਸ ਕਰਕੇ ਉਹ ਨਹੀਂ ਜਾ ਸਕਦੇ। ਸੋ ਸਾਡੀ ਤਾਂ ਲਗਾਤਾਰ ਇਹ ਮੰਗ ਰਹੀ ਹੈ ਕਿ ਇੱਕ ਤਾਂ $20 ਦੀ ਜਿਹੜੀ ਫੀਸ ਹੈ ਉਹ ਖਤਮ ਕੀਤੀ ਜਾਵੇ, ਦੂਜਾ ਜਿਹੜਾ ਪਾਸਪੋਰਟ ਦਾ ਸ਼ਰਤ ਲਾਈ ਗਈ ਹੈ ਉਹ ਖਤਮ ਕੀਤੀ ਜਾਵੇ, ਤਾਂ ਕਿ ਸਿੱਖ ਸ਼ਰਧਾਲੂਆਂ ਦੀ ਗਿਣਤੀ ਜਿਹੜੀ ਹੈ ਉਹ ਉੱਥੇ ਵੱਧ ਸਕੇ, ਹਰ ਬੰਦਾ ਜਾ ਕੇ ਖੁੱਲ੍ਹੇ ਤੌਰ 'ਤੇ ਦਰਸ਼ਨ ਦੀਦਾਰੇ ਕਰ ਸਕੇ। ਪ੍ਰਧਾਨ ਜੀ, ਗਰਮੀ ਦਾ ਮੌਸਮ ਆਉਣ ਵਾਲਾ ਅਤੇ AC ਬੱਸਾਂ ਵੀ ਚਲਾਈਆਂ ਜਾਣਗੀਆਂ? ਬਿਲਕੁਲ ਜੀ, ਅਸੀਂ ਆਉਣ ਵਾਲੇ ਸਮੇਂ 'ਚ ਹੁਣ ਗਰਮੀ ਦਾ ਮੌਸਮ ਆਵੇਗਾ, ਫਿਰ ਅਸੀਂ AC ਬੱਸਾਂ ਜਿਹੜੀਆਂ ਨੇ ਉਹ ਸਿੱਖ ਸ਼ਰਧਾਲੂਆਂ ਦੇ ਲਈ ਉਹ ਲਾਵਾਂਗੇ। ਅਤੇ ਜਦੋਂ ਵਿਸ਼ੇਸ਼ ਦਿਨ ਹੋਣਗੇ ਕੋਈ ਹੋਣਗੇ ਉਦੋਂ ਵੀ ਕੋਈ ਬੱਸਾਂ ਦੀ ਗਿਣਤੀ ਵਧਾਈ ਜਾਵੇਗੀ? ਬਿਲਕੁਲ ਜੀ, ਅਸੀਂ ਜਦੋਂ ਜਿਵੇਂ ਜਿਵੇਂ ਸ਼ਰਧਾਲੂਆਂ ਦੀ ਗਿਣਤੀ ਵਧੇਗੀ ਉਹਦੇ ਅਨੁਪਾਤ ਅਸੀਂ ਆਪਣੀਆਂ ਬੱਸਾਂ ਦੀ ਵੀ ਜਿਹੜੀ ਹੈ ਗਿਣਤੀ ਵਧਾਵਾਂਗੇ। ਅਤੇ ਇਹ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਿਨ੍ਹਾਂ ਨੇ ਅੱਜ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਲਈ ਸੰਗਤ ਵਾਸਤੇ ਫ੍ਰੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਹੈ ਔਰ ਉਹਨਾਂ ਨੇ ਆਖਿਆ ਵੀ ਹੁਣ ਇਸ ਬੱਸ ਰਾਹੀਂ ਰਾਗੀ ਜਿੱਥੇ ਵੀ ਜਿਹੜੇ ਉਹ ਪਾਕਿਸਤਾਨ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਲਈ ਜਾਇਆ ਜਾ ਸਕਣਗੇ ਔਰ ਜਦੋਂ ਵੀ ਹੁਣ ਗਰਮੀ ਦਾ ਮੌਸਮ ਆਉਣ ਵਾਲਾ ਤਾਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ AC ਬੱਸਾਂ ਵੀ ਚਲਾਈਆਂ ਜਾਣਗੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਕੈਮਰਾ ਪਰਸਨ ਮੁਕੇਸ਼ ਬਾਵਾਨਾ, ਸਿਕੰਦਰ ਪਸੀਚਾ, ਦੈਨਿਕ ਸਵੇਰਾ TV, ਅੰਮ੍ਰਿਤਸਰ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।